ਤਾਈ ਜੀ ਆ ਤੁਸੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਉਹ ਬਿਨਾਂ ਮਤਲਬ ਤੋਂ ਕਦੋਂ ਦੀਆਂ ਗੱਲਾਂ ਬਣਾਈ ਜਾਂਦੇ ਹੋ ਜਿਸ ਹਿਸਾਬ ਨਾਲ ਤੁਸੀਂ ਇਹਨੂੰ ਬੋਲਦੇ ਹੋ ਨਾ ਅਗਲੇ ਨੇ ਤੁਹਾਡੇ ਗਲ ਵੀ ਪੈਣਾ ਤੇ ਅਗਲੇ ਨੂੰ ਗੁੱਸਾ ਵੀ ਆਉਣਾ ਮੈਂ ਤਾਂ ਵੈਸੇ ਹੀ ਗੱਲ ਕਰੀ ਸੀ ਪੁੱਤ ਤੁਹਾਡੇ ਨਾਲ ਤੁਸੀਂ ਤਾਂ ਆਨੰਦ ਭਰਜਾਈ ਐਵੇਂ ਮੇਰੀਆਂ ਗੱਲਾਂ ਦਾ ਗੁੱਸਾ ਕਰ ਗਈਆਂ ਤਾਈ ਜੀ ਉਹ ਜਦੋਂ ਗੱਲਾਂ ਬੁਰਾ ਮਨਾਉਣ ਵਾਲੀਆਂ ਕੀਤੀਆਂ ਜਾਣ ਨਾ ਤਾਂ ਗੁੱਸਾ ਆਉਂਦਾ ਹੀ ਆ ਉਹ ਕਦੋਂ ਦੀਆਂ ਮੂੰਹ ਆਈਆਂ ਛੱਡੀ ਜਾਂਦੇ ਹੋ ਇਹ ਵੀ ਨਹੀਂ ਸੋਚਦੇ ਹੈਗੇ ਕਿ ਤੁਹਾਡੀਆਂ ਕਹੀਆਂ ਗੱਲਾਂ ਦਾ ਆ ਸਾਹਮਣੇ ਵਾਲੇ ਬੰਦੇ ਤੇ ਕੀ ਅਸਰ ਪੈ ਰਿਹਾ ਉਹਨੂੰ ਕਿੰਨਾ ਦੁੱਖ ਲੱਗ ਰਿਹਾ ਨਾਲੇ ਕਦੇ ਵੀ ਨਾ ਕਿਸੇ ਦੀ ਦੁੱਖ ਦੀ ਰੱਖ ਤੇ ਹੱਥ ਨਹੀਂ ਧਰੀਦਾ ਪੁੱਤ ਮੈਨੂੰ ਐਵੇਂ ਲੱਗਿਆ ਵੀ ਰਾਜਵੀਰ ਕਿਸੇ ਗੱਲੋਂ ਦੁਖੀ ਆ ਤਾਂ ਹੀ ਆਪਣੇ ਘਰ ਵੱਲ ਛੱਡ ਕੇ ਇੱਥੇ ਬੈਠੀ ਆ ਤੈਨੂੰ ਤਾਂ ਪਤਾ ਹੀ ਆ ਪੁੱਤ ਮੇਰੇ ਸੁਭਾਅ ਦਾ ਮੇਰੇ ਤੋਂ ਕਿਸੇ ਦਾ ਦੁੱਖ ਦੇਖਿਆ ਨਹੀਂ ਜਾਂਦਾ ਤਾਂ ਹੀ ਤਾਂ ਮੇਰੇ ਮੂੰਹੋਂ ਇਹ ਸਾਰੀਆਂ ਗੱਲਾਂ ਨਿਕਲ ਗਈਆਂ ਨਾ ਤਾਂ ਪੁੱਤ ਮੇਰਾ ਇਹੋ ਜਿਹਾ ਕੋਈ ਇਰਾਦਾ ਨਹੀਂ ਸੀ ਤੁਹਾਨੂੰ ਲੱਗਿਆ ਤੇ ਤੁਸੀਂ ਇੰਨੀਆਂ ਗੱਲਾਂ ਸੁਣਾ ਵੀ ਦਿੱਤੀਆਂ ਪਰ ਫੇਰ ਵੀ ਇੱਕ ਵਾਰ ਦੱਸਦਾ ਵੀ ਇਹੋ ਜਿਹੀ ਕੋਈ ਗੱਲ ਨਹੀਂ ਨਾ ਭੈਣੇ ਤੂੰ ਆਪ ਹੀ ਸੋਚ ਆਪਣਾ ਘਰ ਬਾਰ ਛੱਡ ਕੇ ਕੀ ਤਾਂ ਦਿਲ ਕਰਦਾ ਪੇਕੇ ਬੈਠਣ ਨੂੰ ਨਾਲੇ ਜੇ ਬੰਦਾ ਅੰਦਰੋਂ ਦੁਖੀ ਹੁੰਦਾ ਤਾਂ ਹੀ ਬੈਠਦਾ ਘਰ ਬਾਰ ਛੱਡ ਕੇ ਨਾਲੇ ਕੀ ਤਾਂ ਜੀ ਕਰਦਾ ਆਪਣੀ ਧੀ ਨੂੰ ਘਰੇ ਬਿਠਾਉਣ ਦਾ ਨਹੀਂ ਮੈਂ ਮਰ ਜਾ ਭੈਣੇ ਸੌਣ ਲੱਗੇ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਨਹੀਂ ਇਹ ਵਿਚਾਰੀ ਇੰਨੀ ਦੁਖੀ ਆ ਪੁੱਤ ਮੈਨੂੰ ਮਾਫ ਕਰ ਦੇ ਮੈਂ ਤਾਂ ਐਵੇਂ ਬੋਲੀ ਗਈ ਤੇਰੀ ਮਾਂ ਨੂੰ ਤਾਂ ਸਾਰਾ ਹੀ ਪਤਾ ਤੇਰੇ ਤਾਏ ਦਾ ਮੇਰੇ ਨਾਲ ਕਿੰਨੀਆਂ ਬਣੀਆਂ ਨੇ ਨਾਲੇ ਕਿੰਨੀ ਕੁੱਟਮਾਰ ਕਰਦਾ ਸੀ ਨਿਆਣਿਆਂ ਸਣੇ ਉਦੋਂ ਹੀ ਘਰੋਂ ਬਾਹਰ ਕੱਢ ਦਿੰਦਾ ਸੀ ਮੇਰੇ ਤਾਂ ਮਸਾਂ ਹੀ ਚੰਗੇ ਦਿਨ ਆਏ ਨੇ ਪੁੱਤ ਜਿਵੇਂ ਮੇਰੇ ਦਿਨ ਬਦਲੇ ਨੇ ਐਵੇਂ ਤੇਰੇ ਵੀ ਬਦਲ ਜਾਣਗੇ ਹੌਸਲਾ ਰੱਖੀ ਪੁੱਤ ਹਿੰਮਤ ਨਾ ਹਾਰੀ ਨਾਲੇ ਭੈਣੇ ਤੇਰੀ ਛੋਟੀ ਨੂੰ ਕਿੱਥੇ ਆ ਕਿੰਨਾ ਚਿਰ ਹੋ ਗਿਆ ਮੈਨੂੰ ਆਈ ਨੂੰ ਉਹ ਬਾਹਰ ਹੀ ਨਹੀਂ ਨਿਕਲੀ ਹੈਗੀ ਤਾਈ ਜੀ ਅਸਲ 'ਚ ਆਏ ਹਾਂ ਅਸੀਂ ਕਿਹੜਾ ਵਿਹਲੇ ਹਾਂ 100 ਕੰਮ ਹੁੰਦੇ ਨੇ ਨੂੰਹਾਂ ਧੀਆਂ ਨੂੰ ਉਹ ਵੀ ਕਿਸੇ ਕੰਮ ਲੱਗੀ ਹੋਣੀ ਆ ਤਾਂ ਹੀ ਬਾਹਰ ਨਹੀਂ ਆਈ ਨਹੀਂ ਕੁੜੇ ਤੂੰ ਤਾਂ ਬਾਹਲੇ ਪੜਕ ਪੜਕ ਜਵਾਬ ਦਿੰਦੀ ਆ ਇਹੋ ਜਿਹੇ ਤੇਰੀ ਦਰਾਣੀ ਆ ਉਹ ਵੀ ਐਂ ਬੋਲਦੀ ਆ ਨਾਲੇ ਤੇਰੇ ਵਰਗੀਆਂ ਦਾ ਤਾਂ ਚਿਹਰੇ ਦੱਸਦਾ ਵੀ ਤੁਹਾਨੂੰ ਆਏ ਗਏ ਦੀ ਕਿੰਨੀ ਖੁਸ਼ੀ ਆ ਤਾਈ ਦਾ ਵੀ ਨਾ ਕੋਈ ਹਾਲ ਨਹੀਂ ਕੋਈ ਮੌਕਾ ਨਹੀਂ ਛੱਡਦੀ ਚੋਬਾ ਮਾਰਨ ਨੂੰ ਚੰਗਾ ਭੈਣੇ ਹੁਣ ਮੈਂ ਚੱਲਦੀ ਹਾਂ ਕੁੜੇ ਪੁੱਤ ਤੇਰੇ ਨਾਲ ਸੋੜੇ ਲੜਦੇ ਪਿੜਦੇ ਸੀ ਕਿ ਕੁੱਟਮਾਰ ਵੀ ਕਰਦੇ ਸੀ ਤੇਰੀ ਚੁੱਪ ਨੇ ਪੁੱਤ ਮੈਨੂੰ ਜਵਾਬ ਦਿੱਤਾ ਭਲੇ ਦਾ ਕੋਈ ਜਹਾਨ ਨਹੀਂ ਪਰ ਰੱਬ ਭਲੀ ਕਰੂ ਪੁੱਤ ਚੰਗਾ ਭੈਣੇ ਹੁਣ ਮੈਂ ਜਾਣੀ ਹਾਂ ਫੇਰ ਗੇੜਾ ਮਾਰੂੰ ਆ ਦੇਖਿਆ ਮੰਮੀ ਲੋਕਾਂ ਨੂੰ ਕਿੰਨਾ ਸਵਾਦ ਆਉਂਦਾ ਗੱਲਾਂ ਕਰਨ 'ਚ ਆਪਣੇ ਨਾਲ ਇੰਨੀਆਂ ਹੋਈਆਂ ਨੇ ਪਰ ਫੇਰ ਵੀ ਅਕਲ ਨਹੀਂ ਆਉਂਦੀ ਨਹੀਂ ਹੈ ਪੁੱਤ ਕਿਸੇ ਦਾ ਕਿਹੜਾ ਮੂੰਹ ਫੜ ਲੈਣਾ ਹੈਗਾ ਨਹੀਂ ਛੋਟੀ ਜਿਹੀ ਚਿੰਗਾਰੀ ਨੂੰ ਤਾਂ ਹਵਾ ਦੀ ਲੋੜ ਹੁੰਦੀ ਹੈ ਉਹਦੀ ਅੱਗ ਲੱਗ ਜਾਂਦੀ ਹੈ ਇਹ ਤਾਂ ਹੈ ਮੰਮੀ ਲੋਕ ਨਾ ਕਿਸੇ ਦਾ ਦੁੱਖ ਦਰਦ ਨਹੀਂ ਸਮਝਦੇ ਉਹਨਾਂ ਨੂੰ ਟੌਪਿਕ ਚਾਹੀਦਾ ਗੱਲਾਂ ਕਰਨ ਨੂੰ ਹਾਂ ਮੰਮੀ ਹੁਣ ਤਾਂ ਤਾਈ ਦੀਆਂ ਗੱਲਾਂ ਸੁਣ ਕੇ ਮੈਨੂੰ ਤਾਂ ਐਂ ਲੱਗਦਾ ਵੀ ਮੈਂ ਆਪਣੇ ਘਰ ਵਾਪਸ ਚਲੀ ਜਾਵਾਂ ਨਾਲੇ ਅੱਜ ਤਾਂ ਮੰਮੀ ਇੱਕ ਮੂੰਹ ਬੋਲਿਆ ਕੱਲ੍ਹ ਨੂੰ 100 ਮੂੰਹ ਹੋਰ ਬੋਲਣਗੇ ਪੁੱਤ ਲੋਕਾਂ ਦੀ ਤਾਂ ਆਦਤ ਹੁੰਦੀ ਹੈ ਬੋਲਣ ਦੀ ਬੋਲੀ ਜਾਂਦੇ ਆਪਾਂ ਕਿਹੜਾ ਕਿਸੇ ਦਾ ਮੂੰਹ ਫੜ ਸਕਦੇ ਹਾਂ ਪੁੱਤ ਐਂ ਕਿਵੇਂ ਚਲੀ ਜਾਏਂਗੀ ਜਿੰਨਾ ਚਿਰ ਆਪ ਆ ਕੇ ਮਿੰਨਤਾਂ ਕਰਕੇ ਲੈ ਕੇ ਨਹੀਂ ਜਾਂਦਾ ਨਾ ਉਨਾ ਚਿਰ ਮੈਂ ਨਹੀਂ ਜਾਣ ਦੇਊਂਗੀ ਤੈਨੂੰ ਕਿਉਂ ਮੰਮੀ ਤੁਸੀਂ ਐਵੇਂ ਜ਼ਿੱਦ ਕਰੀ ਜਾਂਦੇ ਹੋ ਜੋ ਮੇਰੀ ਕਿਸਮਤ 'ਚ ਲਿਖਿਆ ਨਾ ਉਹ ਤਾਂ ਮੈਨੂੰ ਭੁਗਤਣਾ ਹੀ ਪੈਣਾ ਪਰ ਸੱਚੀ ਦੱਸਾਂ ਮੰਮੀ ਇਹ ਤਾਈ ਨਾ ਜਿਹੋ ਜਿਹੀਆਂ ਗੱਲਾਂ ਕਰਕੇ ਗਈ ਆ ਮੈਂ ਨਹੀਂ ਇੱਦਾਂ ਦੀਆਂ ਗੱਲਾਂ ਸੁਣ ਸਕਦੀ ਫਿਰ ਨਾ ਸੁਣ ਭੈਣੇ ਲੋਕਾਂ ਦਾ ਕੰਮ ਬੋਲਣਾ ਹੁੰਦਾ ਇੱਕ ਕੰਨੀ ਸੁਣੋ ਤੇ ਦੂਜੇ ਪਾਸੇ ਕੱਢ ਦਿਓ ਉਹ ਆਪਾਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਹੈਗੇ ਨਾਲੇ ਕਿਸੇ ਨੇ ਸੱਚ ਹੀ ਤਾਂ ਆਖਿਆ
ਕਿ ਦਾਤੀ ਨੂੰ ਤਾਂ ਇੱਕ ਪਾਸੇ ਦਿੰਦੇ ਹੁੰਦੇ ਨੇ ਤੇ ਜਹਾਨ ਨੂੰ ਦੋ ਪਾਸੇ। ਉਹੀ ਤਾਂ ਮੈਂ ਕਹਿ ਰਹੀ ਹਾਂ ਕਿ ਆਪਾਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ, ਹੁਣ ਅੱਗੇ ਪਤਾ ਨਹੀਂ ਕਿੰਨੀਆਂ ਹੋਰ ਗੱਲਾਂ ਸੁਣਨੀਆਂ ਪੈਣਗੀਆਂ। ਮੈਂ ਤਾਂ ਆਪਣੇ ਆਪ ਤੋਂ ਹੀ ਦੁਖੀ ਹੋਈ ਪਈ ਹਾਂ ਮੰਮੀ, ਸੱਚ ਦੱਸਾਂ ਮੇਰਾ ਤਾਂ ਹੁਣ ਜਿਉਣ ਨੂੰ ਹੀ ਜੀ ਨਹੀਂ ਕਰਦਾ। ਤੂੰ ਪਾਗਲ ਹੋਈ ਹੈ, ਕਿਹੋ ਜਿਹੀ ਗੱਲਾਂ ਕਰਦੀ ਹੈ, ਹੁਣ ਲੋਕਾਂ ਨੇ ਪਿੱਛੇ ਲਾ ਕੇ ਜਿਉਣਾ ਛੱਡ ਗਏ। ਮੰਮੀ ਤੁਸੀਂ ਆਪ ਹੀ ਸੋਚੋ, ਜਦ ਹੁਣ ਤੱਕ ਮੈਨੂੰ ਸੁੱਖ ਨਹੀਂ ਮਿਲਿਆ ਅੱਗੇ ਕਿੱਥੋਂ ਮਿਲ ਜੂਗਾ। ਕੀ ਗੱਲ ਹੋ ਗਈ, ਤੁਸੀਂ ਐਂ ਸਿਰ ਸਿੱਟੀ ਬੈਠੇ ਹੋ? ਉਹ ਮੈਂ ਚਾਹੇ ਸਿਰ ਸਿੱਟਾਂ ਚਾਹੇ ਨਾ, ਤੈਨੂੰ ਕੀ ਫਰਕ ਪੈਂਦਾ, ਤੇਰੇ ਤਾਂ ਦਿਲ ਦੀ ਮੁਰਾਦ ਪੂਰੀ ਹੋ ਗਈ। ਉਹ ਜੋ ਤੂੰ ਚਾਹੁੰਦੀ ਸੀ ਉਹੀ ਹੋਇਆ, ਭੈਣ ਨੂੰ ਨੌਕਰੀ ਨਹੀਂ ਮਿਲੀ। ਹੁਣ ਨਾ ਸਾਰਾ ਦੋਸ਼ ਮੇਰੇ ਸਿਰ ਹੀ ਮਾਰ ਦੋ, ਮੇਰੇ ਚਾਹਣ ਨਾ ਚਾਹਣ ਨਾ ਕੀ ਹੁੰਦਾ। ਨਾਲੇ ਮੈਂ ਤਾਂ ਇਹ ਵੀ ਚਾਹੁੰਦੀ ਸੀ ਵੀ ਉਹ ਜਲਦੀ ਤੋਂ ਜਲਦੀ ਆਪਦੇ ਘਰੇ ਚਲੀ ਜਾਵੇ, ਨਾ ਗਈ ਆ ਉਹ, ਇੱਥੇ ਦੱਦ ਲੱਗੀ ਹੋਈ ਆ। ਉਹ ਤੈਨੂੰ ਬੋਲਣ ਦੀ ਭੋਰ ਅਕਲ ਨਹੀਂ ਹੈਗੀ ਹੈ, ਕਿਉਂ ਤੂੰ ਇੰਨੀ ਕੋਰੀ ਹੋਈ ਪਈ ਆ? ਤੇਰੀ ਭੈਣ ਕਰਕੇ ਜਿਹੜੀ ਪੱਕਾ ਹੀ ਇੱਥੇ ਡੇਰਾ ਜਮਾ ਕੇ ਬਹਿ ਗਈ, ਜਾਣ ਦਾ ਨਾਂ ਤੱਕ ਨਹੀਂ ਲੈਂਦੀ। ਨਾਲੇ ਨਾ ਮੇਰੇ ਤੋਂ ਨਹੀਂ ਸਾਰੇ ਦਿਨ ਗੋਲਾ ਧੰਦਾ ਹੁੰਦਾ ਤੁਹਾਡਾ, ਕੰਮ ਕਰਕੇ ਥੱਕ ਜਾਂਦੀ ਆ ਮੈਂ ਵੀ। ਐਡੀ ਨਾ ਆਟੇ ਦੀ ਪ੍ਰਾਂਤ ਭਰ ਕੇ ਬਣਾਉਣੀ ਪੈਂਦੀ ਆ ਮੈਨੂੰ, ਮੇਰੇ ਤੋਂ ਨਹੀਂ ਹੁੰਦੀ ਹੁਣ ਉਹਦੀ ਸੇਵਾ। ਕਿਰਪਾ ਕਰਕੇ ਨਾ ਹੁਣ ਉਹਨੂੰ ਉਹਦੇ ਘਰੇ ਵਾਪਸ ਭੇਜ ਦੋ। ਉਹ ਕਿਉਂ ਤੂੰ ਇੱਕੋ ਗੱਲ ਦੀ ਰੱਟ ਲਾ ਰੱਖੀ ਆ, ਕਿਉਂ ਤੂੰ ਕਰਦੀ ਆ ਐਵੇਂ, ਉਹ ਤਾਂ ਪਹਿਲੀ ਵਿਚਾਰੀ ਦੁੱਖਾਂ ਦੀ ਮਾਰੀ ਆ। ਉਹ ਨਾਲੇ ਉਹ ਨਹੀਂ ਖਾਂਦੀ ਇੰਨੀਆਂ ਰੋਟੀਆਂ ਜਿਹੜਾ ਤੂੰ ਉਹਨੂੰ ਇੰਨਾ ਬੋਲਣ ਲੱਗੀ ਹੋਈਆਂ, ਸਾਰਾ ਟੱਬਰ ਹੀ ਖਾਂਦਾ ਰੋਟੀਆਂ। ਉਹ ਨਾਲੇ ਕਿਉਂ ਤੂੰ ਉਸ ਵਿਚਾਰੀ ਦੇ ਬਾਅਦ ਪਈ ਰਹਿੰਦੀ ਆ? ਅੱਛਾ ਜੀ, ਉਹ ਤਾਂ ਵਿਚਾਰੀ ਹੋ ਗਈ ਨਾ, ਮੈਂ ਕੀ ਆ, ਮੈਂ ਲੋਹੇ ਦੀ ਬਣੀ ਹੋਈ ਆ ਜਿਹਤੇ ਕੋਈ ਅਸਰ ਨਹੀਂ ਹੁੰਦਾ। ਨਾਲੇ ਨਾ ਆਪ ਖੜ ਕੇ ਦੇਖੋ ਚੁੱਲ੍ਹੇ ਅੱਗੇ, ਫੇਰ ਪਤਾ ਲੱਗੂ ਵਿਚਾਰਾ ਕੌਣ ਆ। ਸਾਰਾ ਦਿਨ ਕੰਮ ਕਾਰ ਕਰਕੇ ਨਾ ਮੇਰਾ ਬੁਰਾ ਹਾਲ ਹੋ ਜਾਂਦਾ। ਉਹ ਤੂੰ ਤਾਂ ਐ ਕਹਿੰਦੀ ਆ ਜਿਵੇਂ ਤੂੰ ਕੱਲੀ ਉਹ ਘਰ ਦਾ ਸਾਰਾ ਕੰਮ ਕਰਦੀ ਹੁੰਦੀ ਆ, ਬਾਕੀ ਦਾ ਸਾਰੇ ਹੱਥ ਤੇ ਹੱਥ ਧਰ ਕੇ ਬੈਠੇ ਰਹਿੰਦੇ ਨੇ। ਉਹ ਇੰਨਾ ਤਾਂ ਮੈਨੂੰ ਵੀ ਪਤਾ, ਕੱਲੀ ਤੂੰ ਕੋਈ ਕੰਮ ਨਹੀਂ ਕਰਦੀ, ਸਾਰਾ ਦਿਨ ਮੇਰੀ ਭਰਜਾਈ ਤੇਰੇ ਨਾਲ ਕੰਮ ਕਰਾਉਂਦੀ ਆ। ਤੇ ਮੇਰੀ ਮਾਂ, ਉਹਦੇ ਤਾਂ ਵਿਚਾਰੀ ਦੇ ਗੋਡੇ ਦੁਖਦੇ ਨੇ, ਫੇਰ ਵੀ ਉਹ ਸਾਰਾ ਦਿਨ ਕੰਮ ਲੱਗੀ ਰਹਿੰਦੀ ਆ। ਤੇ ਮੇਰੀ ਭੈਣ, ਉਹ ਆਉਣੇ ਤਾਂ ਕਦੇ ਬਹਿ ਕੇ ਰੋਟੀ ਖਾ ਕੇ ਨਹੀਂ ਦੇਖੀ, ਹਜੇ ਤੂੰ ਕਹਿੰਦੀ ਆ ਮੈਂ ਕੱਲੀ ਉਹ ਘਰ ਦਾ ਸਾਰਾ ਕੰਮ ਕਰਦੀ ਆ। ਨਾ ਤੁਹਾਡੇ ਕਹਿਣ ਦਾ ਕੀ ਮਤਲਬ ਆ ਵੀ ਇਸ ਘਰ 'ਚ ਸਾਰੇ ਕੰਮ ਨੇ ਇੱਕ ਮੈਨੂੰ ਛੱਡ ਕੇ, ਨਾਲੇ ਆਪਦੀ ਭੈਣ ਕਰਕੇ ਤੁਸੀਂ ਮੈਨੂੰ ਮਾੜਾ ਬਣਾਤਾ। ਜਿੰਨੇ ਦੀ ਕਲਹਿਣੀ ਇਸ ਘਰ 'ਚ ਆਈ ਆ ਨਾ, ਸਾਰਾ ਘਰ ਉੱਥਲ ਪੁੱਥਲ ਕਰਕੇ ਰੱਖਤਾ। ਸ਼ੁਭਨੀਤ ਬਕਵਾਸ ਬੰਦ ਕਰ ਆਪਣੀ, ਤੈਨੂੰ ਸਮਝਾਉਣਾ ਮੈਂ ਇਸ ਅੱਗੇ ਬੀਣ ਵਜਾਉਣ ਦੇ ਬਰਾਬਰ ਆ। ਉਹ 2 ਮਿੰਟ ਬੈਠਾ ਸੀ ਕਮਰੇ 'ਚ ਚੈਨ ਨਾਲ, ਉਹ ਵੀ ਨਹੀਂ ਬੈਠਣ ਦਿੰਦੀ। ਬੋਲੀ ਜਾ, ਮੈਨੂੰ ਕੀ, ਤੇਰੀ ਭੈਣ ਨੂੰ ਤਾਂ ਨਾ ਇਸ ਘਰ ਚੋਂ ਤੋਰ ਕੇ ਹੀ ਰਹੂੰਗੀ, ਪਰ ਇੰਨੀ ਛੇਤੀ ਨਹੀਂ, ਪਹਿਲਾਂ ਇਹਦੇ ਚੰਗੀ ਤਰ੍ਹਾਂ ਨਾਲ ਕੰਨਾਂ ਨੂੰ ਹੱਥ ਤਾਂ ਲਵਾ ਦਾਂ ਤਾਂ ਕਿ ਮੁੜ ਕੇ ਇਸ ਘਰ ਵੱਲ ਨੂੰ ਨਾ ਆਉਣ ਦਾ ਨਾਂ ਨਾ ਲਵੇ। ਮੰਮੀ ਮੇਰੀ ਚਾਹ ਕਿੱਥੇ ਹੈ? ਜਦ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਮੈਨੂੰ ਨਹਾਉਣ ਤੋਂ ਬਾਅਦ ਚਾਹ ਚਾਹੀਦੀ ਹੁੰਦੀ ਹੈ, ਫਿਰ ਤੁਸੀਂ ਮੈਨੂੰ ਟਾਈਮ ਤੇ ਕਿਉਂ ਨਹੀਂ ਦਿੰਦੇ? ਉਹ ਮੇਰੇ ਤੇ ਨਾ ਬਾਲਾ ਰੋਗ ਨਾ ਮਾਰਿਆ ਕਰ, ਉਹ ਮੈਂ ਤੇਰੀ ਗੁਲਾਮ ਨਹੀਂ ਹੈਗੀ, ਤੇਰੀ ਘਰ ਵਾਲੀ ਅੰਗੂ ਜਿਹੜੀ 24 ਘੰਟੇ ਤੇਰੇ ਅੱਗੇ ਪਿੱਛੇ ਫਿਰੂੰਗੀ। ਉਹ ਤੇਰੀ ਮਾਂ ਬੋਲਣ ਲੱਗਿਆ ਮਾੜਾ ਜਿਹਾ ਦੇਖ ਲਿਆ ਕਰ। ਉਹ ਮੰਮੀ ਮੈਂ ਕਿਹੜਾ ਤੁਹਾਨੂੰ ਕੁਛ ਕਹਿ ਰਿਹਾ,
ਨਾ ਹੋਰ ਤੂੰ ਆਪਦੀ ਜਨਾਨੀ ਨੂੰ ਬੋਲ ਰਿਹਾ ਸੀ। ਉਹ ਜਿੰਨਾ ਮਰਜ਼ੀ ਚੀਕ ਲਾ ਉਹਦੇ ਤੱਕ ਨਹੀਂ ਤੇਰੀ ਆਵਾਜ਼ ਪਹੁੰਚਣੀ। ਓਹੋ ਮੰਮੀ ਮੇਰੇ ਤਾਂ ਯਾਦ ਹੀ ਨਹੀਂ ਵੀ ਉਹ ਇੱਥੇ ਹੈ ਨਹੀਂ, ਮੈਂ ਤਾਂ ਉਸੇ ਨੂੰ ਆਵਾਜ਼ਾਂ ਮਾਰ ਰਿਹਾ ਸੀ। ਪੁੱਤਰਾ ਉਹਨੂੰ ਮਹੀਨਾ ਹੋ ਗਿਆ ਗਈ ਨੂੰ, ਤੂੰ ਹਜੇ ਵੀ ਉਸੇ ਨੂੰ ਹੱਕਾ ਮਾਰਦਾ? ਜੇ ਤੈਨੂੰ ਉਹਦਾ ਇੰਨਾ ਹੀ ਹੇਜ ਮਾਰਦਾ ਸੀ ਫਿਰ ਤੂੰ ਉਹਨੇ ਕੁੱਟ ਕੇ ਘਰੋਂ ਕੱਢਿਆ ਕਿਉਂ? ਮੰਮੀ ਤੁਹਾਨੂੰ ਤਾਂ ਪਤਾ ਹੀ ਆ ਨਾ ਜਦੋਂ ਮੇਰੇ ਅੱਗੇ ਬੋਲਦੀ ਹੈ ਤਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਚਾਹੇ ਬਰਦਾਸ਼ਤ ਹੁੰਦਾ ਚਾਹੇ ਨਹੀਂ ਹੁੰਦਾ, ਮੁੰਡੇ ਮੇਰੀ ਇੱਕ ਗੱਲ ਤੂੰ ਧਿਆਨ ਨਾਲ ਸੁਣ ਲਾ। ਮੈਂ ਤੇਰਾ ਜਿੰਨਾ ਕਰਨਾ ਸੀ ਕਰਤਾ, ਪਰ ਹੁਣ ਨਹੀਂ ਮੇਰੇ ਤੋਂ ਹੁੰਦਾ। ਉਹ ਮੇਰੇ ਤਾਂ ਗੋਡੇ ਪਹਿਲਾਂ ਹੀ ਦੁਖਦੇ ਨੇ, ਉੱਤੋਂ ਦੀ ਤੂੰ ਉਹਨੂੰ ਵੀ ਭਜਾ ਦਾ ਨਾ। ਤੂੰ ਮੈਨੂੰ ਐਂ ਦੱਸ ਉਹਨੂੰ ਵਿਆਹ ਕੇ ਆਪਾਂ ਕਾਹਦੇ ਵਾਸਤੇ ਲਿਆਂਦਾ ਸੀ? ਉਹ ਮੈਂ ਤਾਂ ਸੋਚਿਆ ਸੀ ਵੀ ਮੈਨੂੰ ਆਰਾਮ ਮਿਲੂਗਾ, ਪਰ ਮੈਨੂੰ ਤਾਂ ਚੌਗਣਾ ਕੰਮ ਕਰਨਾ ਪੈ ਰਿਹਾ। ਮੰਮੀ ਮੈਨੂੰ ਪਤਾ ਹੁਣ ਤੁਹਾਡੀ ਸਿਹਤ ਠੀਕ ਨਹੀਂ ਰਹਿੰਦੀ, ਹੁਣ ਤੁਹਾਡੇ ਤੋਂ ਕੰਮ ਨਹੀਂ ਹੁੰਦਾ ਹੁਣ, ਪਰ ਇਹ 'ਚ ਮੈਂ ਵੀ ਕੀ ਕਰ ਸਕਦਾ? ਜਦੋਂ ਉਹਦੀ ਮਾਂ ਹੀ ਆ ਕੇ ਲੈ ਗਈ, ਅਕਲ ਤਾਂ ਉਹਨੂੰ ਹੋਣੀ ਚਾਹੀਦੀ ਹੈ ਵੀ ਇਹ ਘਰ ਉਹਦਾ, ਜਿੱਥੇ ਉਹ ਬੈਠੀ ਹੈ ਉਹ ਘਰ ਉਹਦਾ ਨਹੀਂ ਹੈਗਾ। ਤੂੰ ਇਹੀ ਦੇਖੀ ਜਾਈ ਕਿਹਨੂੰ ਅਕਲ ਹੈਗੀ ਆ ਕਿਹਨੂੰ ਨਹੀਂ, ਪਰ ਤੂੰ ਆਪਦੀ ਆਕੜ ਨਾ ਛੱਡੀ। ਉਹ ਭੋਰਾ ਮੇਰੇ 'ਤੇ ਹੀ ਤਰਸ ਕਰ ਲਾ, ਜਾ ਕੇ ਲੈ ਆ ਉਹਨੂੰ। ਤੁਸੀਂ ਆਹ ਕੀ ਕਹੀ ਜਾਂਦੇ ਹੋ ਮੰਮੀ? ਐਂ ਕਿਵੇਂ, ਉਹ ਘਰ ਛੱਡ ਕੇ ਗਈ ਆ ਉਹ, ਨਾਲੇ ਮੈਂ ਥੋੜ੍ਹਾ ਕੱਢਿਆ ਉਹਨੂੰ। ਜੇ ਮੈਂ ਉਹਦੇ ਮਗਰ ਚੱਲਿਆ ਵੀ ਗਿਆ ਤਾਂ ਉਹਦੇ ਤਾਂ ਪੇਕੇ ਸਾਰੀ ਗਲਤੀ ਮੇਰੇ 'ਚ ਹੀ ਕੱਢਣਗੇ। ਉਹ ਜਿਹਦੇ 'ਚ ਗਲਤੀ ਹੈਗੀ ਆ ਉਹਦੇ 'ਚ ਹੀ ਗਲਤੀ ਕੱਢਣਗੇ। ਜਾਂ ਤਾਂ ਤੂੰ ਕਹਿ ਦੇ ਤੂੰ ਕੋਈ ਗਲਤੀ ਹੀ ਨਹੀਂ ਕੀਤੀ, ਸਾਰੀ ਗਲਤੀ ਹੀ ਉਹਦੀ ਸੀ। ਮੇਰੀ ਗੱਲ ਸੁਣ ਲਾ ਤੂੰ, ਜੇ ਤਾਂ ਆਪਦਾ ਘਰ ਵਸਾਉਣਾ ਨਾ ਬੰਦਾ ਬਣ ਕੇ ਉਹਨੂੰ ਲੈਣ ਚਲੇ ਜਾ। ਫੇਰ ਉਹੀ ਗੱਲ ਮੰਮੀ, ਜੇ ਮੈਂ ਮਗਰ ਹੀ ਤੁਰ ਪਿਆ ਤਾਂ ਕੀ ਕਹਿਣਗੇ ਉਹ ਕੁਛ ਨਹੀਂ ਕਹਿੰਦੇ। ਜੇ ਮਾੜਾ ਮੋਟਾ ਉਹਨਾਂ ਨੇ ਕੁਛ ਕਹਿ ਵੀ ਦਿੱਤਾ ਤੈਨੂੰ ਤਾਂ ਸੁਣ ਲਈ ਚੁੱਪ ਕਰਕੇ, ਤੇਰੇ ਸਹੁਰੇ ਨੇ ਉਹ। ਨਾਲੇ ਨਾ ਮੇਰੀ ਇੱਕ ਗੱਲ ਹੋਰ ਸੁਣ ਲਾ ਕੰਨ ਖੋਲ ਕੇ, ਜਾ ਕੇ ਨਾ ਉਹ ਤੋਂ ਮਾਫ਼ੀ ਮੰਗ ਲਈ। ਹੈਂ ਮਾਫ਼ੀ? ਉਹ ਇੱਕ ਤਾਂ ਤੁਹਾਡੇ ਕਹੇ ਕਹਾਏ ਤੇ ਉਹਨੂੰ ਮੈਂ ਲੈਣ ਜਾ ਰਿਹਾ, ਉੱਪਰ ਜੀ ਮੈਂ ਉਹ ਤੋਂ ਜਾ ਕੇ ਮਾਫ਼ੀਆਂ ਵੀ ਮੰਗਾਂ? ਉਹ ਮਾਫ਼ੀ ਮੰਗਣ ਦੀ ਕੀ ਲੋੜ ਆ ਮੰਮੀ? ਕਿਉਂਕਿ ਪੁੱਤਰਾ ਜਦ ਤੱਕ ਤੂੰ ਉਹ ਤੋਂ ਮਾਫ਼ੀ ਨਹੀਂ ਨਾ ਮੰਗਦਾ ਉਹਨੇ ਨਹੀਂ ਆਉਣਾ, ਤੇ ਨਾ ਹੀ ਤੇਰੇ ਸਹੁਰਿਆਂ ਨੇ ਤੇਰੇ ਨਾਲ ਤੋਰਨਾ ਉਹਨੂੰ। ਇਸ ਕਰਕੇ ਨਾ ਮਿੱਠਾ ਹੋ ਕੇ ਨਾਲ ਲੈ ਕੇ ਆਈ। ਚੱਲ ਮੰਮੀ ਮੈਂ ਤਾਂ ਮਿੱਠਾ ਬਣ ਜੂ, ਜੇ ਉਹਦੇ ਭਰਾਵਾਂ ਨੇ ਉਹਨੂੰ ਮੇਰੇ ਨਾਲ ਨਾ ਤੋਰਿਆ ਫੇਰ ਉਹ ਐ ਕਿਵੇਂ ਨਹੀਂ ਤੋਰਨਗੇ ਤੇਰੇ ਨਾਲ? ਜਿੰਨਾ ਕੁ ਮੈਂ ਤੇਰੇ ਸਹੁਰਿਆਂ ਨੂੰ ਜਾਣਦੀ ਹਾਂ ਨਾ, ਸਿਆਣੇ ਨੇ ਉਹ। ਬਸ ਪੁੱਤਰਾ ਤੇਰੇ ਜਾਣ ਦੀ ਦੇਰ, ਉਹਨਾਂ ਨੇ ਤਾਂ ਐਂ ਪਿਘਲ ਜਾਣਾ। ਵੈਸੇ ਵੀ ਪੁੱਤ ਵਿਆਹੀਆਂ ਵਰੀਆਂ ਤਾਂ ਨਾ ਆਪਦੇ ਘਰੇ ਹੀ ਸੋਹਣੀਆਂ ਲੱਗਦੀਆਂ ਨੇ। ਠੀਕ ਆ ਮੰਮੀ, ਜੇ ਤੁਸੀਂ ਮੈਨੂੰ ਇੰਨਾ ਕਹਿ ਰਹੇ ਹੋ ਨਾ ਤਾਂ ਮੈਂ ਚਲੇ ਹੀ ਜਾਣਾ। ਹੁਣ ਕੀਤੀ ਨਾ ਪੁੱਤ ਸਿਆਣੇ ਪੁੱਤ ਵਾਲੀ ਗੱਲ, ਉਹ ਆਖਰ ਨੂੰ ਆਪਣੇ ਘਰ ਦੀ ਇੱਜ਼ਤ ਆ, ਮਾੜਾ ਮੋਟਾ ਰੌਲਾ ਰੱਪਾ ਤਾਂ ਚੱਲਦਾ ਹੀ ਰਹਿੰਦਾ। ਨਾਲੇ ਪੁੱਤ ਤੂੰ ਉੱਥੇ ਜਾ ਕੇ ਨਾ ਵੱਧ ਘੱਟ ਨਾ ਬੋਲੀ, ਜਿਵੇਂ ਉਹ ਕਹਿਣਗੇ ਤੂੰ ਹਾਂਜੀ ਹਾਂਜੀ ਕਰੀ ਜਾਈ, ਨਾਲੇ ਨਾ ਬੋਟੇ ਨੂੰ ਨਾਲ ਲੈ ਕੇ ਆਈ। ਮੰਮੀ ਹੁਣ ਤਾਂ ਮੈਂ ਚੱਲਿਆ ਕੰਮ ਤੇ, ਸਵੇਰੇ ਸਾਜਰੇ ਚਲੇ ਜਾਊਂਗਾ ਮੈਂ ਉਹਨੂੰ ਲੈਣ। ਮਾਂ ਸਦਕੇ ਮੇਰਾ ਸਿਆਣਾ ਪੁੱਤ, ਇੱਕ ਕੰਮ ਹੋਰ ਕਰੀ, ਉਹਨੂੰ ਨਾ ਹੁਣੇ ਫੋਨ ਕਰ ਦੇ ਵੀ ਸਵੇਰੇ ਨਾ ਆਪਦੀ ਤਿਆਰੀ ਰੱਖੇ, ਮੈਂ ਲੈਣ ਆਊਂਗਾ। ਤੇਰੇ ਇੱਕ ਫੋਨ ਕਰਨ ਨਾਲ ਨਾ ਅੱਧੇ ਗਿਲੇ ਸ਼ਿਕਵੇ ਤਾਂ ਦੂਰ ਹੋ ਜਾਣਗੇ। ਗਿਲੇ ਸ਼ਿਕਵੇ ਤਾਂ ਮੰਮੀ ਮੈਂ ਹੁਣੇ ਦੂਰ ਕਰ ਦਿੰਦਾ। ਹਲੋ ਲਾਤਾ ਫੋਨ। ਪ੍ਰਾਹੁਣੇ ਦਾ ਫੋਨ? ਇਹ
ਫੋਨ ਕਿਉਂ ਕਰੀ ਜਾਂਦਾ? ਉਹਨੂੰ ਦੇ ਕੇ ਆਵਾਂ ਕਿ ਨਾ? ਛੱਡ ਭਰਾ, ਸਾਈਲੈਂਟ ਕਰ ਦਿੰਦੀ ਹਾਂ। ਮੈਂ ਕੀ ਲੈਣਾ? ਇਹ ਫੋਨ ਕਿਉਂ ਨਹੀਂ ਚੱਕਦੀ ਪਈ ਮੰਮੀ? ਜੇ ਉਹ ਨਹੀਂ ਚੱਕਦੀ ਪਈ ਪੁੱਤ ਫੋਨ, ਤਾਂ ਘਰ 'ਚ ਹੋਰ ਕਿਹੜਾ ਫੋਨ ਮੁੱਕ ਗਏ? ਲਾ ਉਹਦੀ ਵੱਡੀ ਭਰਜਾਈ ਨੂੰ ਫੋਨ। ਵੀਰ ਜੀ ਦਾ ਫੋਨ, ਉਹ ਵੀ ਮੇਰੇ ਫੋਨ 'ਤੇ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭੈਣੇ। ਹੋਰ ਵੀਰ ਜੀ, ਘਰ ਸਭ ਠੀਕ ਠਾਕ ਆ? ਮਾਸੀ ਜੀ ਠੀਕ ਨੇ? ਹਾਂ ਹਾਂ ਭੈਣੇ, ਸਭ ਠੀਕ ਠਾਕ ਹੈ। ਮੈਂ ਤਾਂ ਇਹ ਦੱਸਣ ਨੂੰ ਫੋਨ ਕੀਤਾ ਸੀ ਵੀ ਮੈਂ ਕੱਲ੍ਹ ਨੂੰ ਰਾਜਵੀਰ ਨੂੰ ਲੈ ਕੇ ਜਾਣਾ। ਕੀ ਰਾਜਵੀਰ ਨੂੰ ਲੈ ਕੇ ਜਾਓਗੇ? ਠੀਕ ਹੈ ਠੀਕ ਹੈ ਵੀਰ ਜੀ, ਤੁਹਾਡਾ ਆਪਣਾ ਘਰ ਆ, ਜਦੋਂ ਮਰਜ਼ੀ ਆਓ, ਅਸੀਂ ਕੱਲ੍ਹ ਨੂੰ ਤੁਹਾਡਾ ਇੰਤਜ਼ਾਰ ਕਰਾਂਗੇ। ਚੰਗਾ ਭੈਣੇ, ਹੁਣ ਤਾਂ ਮੈਂ ਕੰਮ 'ਤੇ ਚੱਲਿਆ, ਫਿਰ ਮੈਂ ਕੱਲ੍ਹ ਨੂੰ ਆ ਰਿਹਾ। ਮੰਮੀ, ਚਾਹੇ ਤੁਸੀਂ ਕੁਛ ਵੀ ਕਹੋ, ਜਿੰਨੇ ਮਰਜ਼ੀ ਦਿਲਾਸੇ ਦੇ ਲਓ, ਪਰ ਕੱਲ੍ਹ ਤਾਈ ਦੀਆਂ ਗੱਲਾਂ ਸੁਣ ਕੇ ਨਾ ਮੈਨੂੰ ਇਹ ਅਹਿਸਾਸ ਹੋ ਗਿਆ ਵੀ ਇੱਕ ਕੁੜੀ ਦਾ ਉਹਦੇ ਵਿਆਹ ਤੋਂ ਬਾਅਦ ਆਪਦਾ ਘਰ ਸਹੁਰਾ ਘਰ ਹੀ ਹੁੰਦਾ, ਨਾ ਕਿ ਪੇਕਾ ਘਰ। ਪੇਕਾ ਘਰ ਤਾਂ ਮੰਮੀ ਹੁਣ ਵਿਆਹ ਤੋਂ ਬਾਅਦ ਮੈਨੂੰ ਬੇਗਾਨਾ ਜਿਹਾ ਲੱਗਣ ਲੱਗ ਗਿਆ। ਰਾਜਵੀਰ, ਤੂੰ ਕਈਆਂ ਜੀ ਗੱਲਾਂ ਕਰਦੀ ਹੈ, ਇਹ ਬੇਗਾਨਾ ਘਰ ਨਹੀਂ, ਇਹ ਤੇਰਾ ਆਪਣਾ ਘਰ ਹੈਗਾ। ਤੂੰ ਇੱਥੇ ਜੰਮੀ ਪਈ ਹੈ, ਤੂੰ ਹੱਕ ਨਾਲ ਰਹਿ ਇੱਥੇ, ਨਾਲੇ ਸੁੱਖ ਨਾਲ ਤੇਰੇ ਦੋਨੋਂ ਭਰਾ ਤੇਰਾ ਕਿੰਨਾ ਚਾਅ ਕਰਦੇ ਨੇ, ਦੋਨੋਂ ਤੇਰੇ ਨਾਲ ਖੜੇ ਨੇ, ਫਿਰ ਵੀ ਤੂੰ ਦਿਲ ਸਿੱਟੀ ਬੈਠੀ ਹੈ। ਕਰਦੇ ਤਾਂ ਹੈਗੇ ਨੇ ਮੰਮੀ, ਮੈਨੂੰ ਪਤਾ, ਪਰ ਫਿਰ ਵੀ ਕਿੰਨਾ ਕੁ ਚਿਰ ਮੈਂ ਆਪਣੇ ਭਰਾਵਾਂ ਦੇ ਸਿਰ 'ਤੇ ਬੋਝ ਬਣ ਕੇ ਬੈਠੀ ਰਹੂੰਗੀ। ਨਾਲੇ ਪਤਾ ਨਹੀਂ ਕਿਉਂ ਮੰਮੀ, ਹੁਣੇ ਘਰ ਮੈਨੂੰ ਨਾ ਉੱਪਰਾ ਉੱਪਰਾ ਜਿਹਾ ਲੱਗਦਾ, ਮੇਰਾ ਇੱਥੇ ਦਿਲ ਨਹੀਂ ਲੱਗਦਾ। ਅੱਛਾ ਜੀ, ਇਹ ਗੱਲ ਆ, ਹੁਣ ਤੈਨੂੰ ਇਹ ਘਰ ਉੱਪਰਾ ਉੱਪਰਾ ਲੱਗਦਾ, ਤੇ ਉੱਧਰ ਤੇਰੇ ਬਿਨਾਂ ਉਹਨਾਂ ਨੂੰ ਆਪਣਾ ਘਰ ਸੁੰਨਾ ਸੁੰਨਾ ਲੱਗਦਾ। ਮਨਦੀਪ ਪੁੱਤ, ਤੂੰ ਕਿਉਂ ਇਹਨੂੰ ਵਿਚਾਰੇ ਨੂੰ ਛੇੜੀ ਜਾਂਦੇ ਆ? ਇਹਦਾ ਤਾਂ ਪਹਿਲੇ ਨਹੀਂ ਮਨ ਲੱਗਦਾ ਉੱਤੋਂ ਤੂੰ। ਮੰਮੀ, ਮੈਂ ਭੈਣ ਨੂੰ ਛੇੜ ਨਹੀਂ ਰਹੀ, ਮੈਂ ਸਹੀ ਕਹਿ ਰਹੀ ਹਾਂ, ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਗਲਤੀ ਦਾ ਅਹਿਸਾਸ? ਭਾਬੀ, ਇਹ ਤੁਸੀਂ ਕੀ ਕਹੀ ਜਾਂਦੇ ਹੋ? ਜੋ ਕਹਿਣਾ ਸਾਫ਼ ਸਾਫ਼ ਕਹੋ, ਐਵੇਂ ਬੁਝਾਰਤਾਂ ਜੀਆਂ ਨਾ ਪਾਓ। ਫਿਰ ਸੁਣ ਨੰਦ ਰਾਣੀ, ਸਾਫ਼ ਸਾਫ਼ ਗੱਲ ਇਹ ਆ ਕਿ ਮੇਰੇ ਫੋਨ 'ਤੇ ਹੁਣੇ ਹੁਣੇ ਵੀਰ ਜੀ ਦਾ ਫੋਨ ਆਇਆ ਸੀ। ਹੈਂ, ਤੂੰ ਸੱਚ ਕਹਿਣੀ ਹੈ? ਪ੍ਰਾਹੁਣੇ ਦਾ ਫੋਨ ਆਇਆ ਸੀ? ਕੀ ਕਿਹਾ ਮੰਮੀ, ਪ੍ਰਾਹੁਣੇ ਦਾ ਫੋਨ ਆਇਆ? ਹਾਂਜੀ, ਤੁਸੀਂ ਸਾਰਿਆਂ ਨੇ ਸਹੀ ਸੁਣਿਆ, ਵੀਰ ਜੀ ਦਾ ਫੋਨ ਆਇਆ ਸੀ। ਅੱਛਾ, ਕੀ ਕਹਿੰਦਾ ਸੀਗਾ? ਲੱਗਦਾ ਆ ਗਈ ਹੋਣੀ ਅਕਲ ਟਿਕਾਣੇ, ਤਾਂ ਹੀ ਫੋਨ ਕੀਤਾ ਹੋਣਾ। ਚਲ ਪੁੱਤ, ਦੇਰ ਆਏ ਦਰੁਸਤ ਆਏ, ਅਸਲ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਹੀ ਗਿਆ ਨਾ, ਆਪਾਂ ਨੂੰ ਤਾਂ ਇੰਨੇ ਹੀ ਬਹੁਤ ਹੈ। ਹਾਂਜੀ ਜੀ, ਬਿਲਕੁਲ ਸਹੀ ਕਹਿ ਰਹੇ ਨੇ ਮੰਮੀ। ਗਲਤੀ ਦਾ ਅਹਿਸਾਸ ਹੋ ਗਿਆ, ਇਹ ਤਾਂ ਚਲੋ ਚੰਗੀ ਗੱਲ ਹੈ, ਪਰ ਕੱਲ ਨੂੰ ਫੇਰ ਕਦੇ ਇਹੀ ਨਾ ਹੋ ਜੇ, ਫੇਰ ਉਹੀ ਕਹੀ ਕਹਾੜਾ। ਆਏ ਕਿ ਪੁੱਠਾ ਸੋਚੀ ਜਾਂਦੇ ਹੋ, ਉਹ ਸ਼ੁਭ ਸ਼ੁਭ ਸੋਚੋ, ਸਭ ਕੁਛ ਠੀਕ ਹੀ ਹੋਊਗਾ। ਨਾਲੇ ਐਵੇਂ ਨਾ ਘਬਰਾਓ, ਜੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਅਕਲ ਆਈ ਆ, ਉਹ ਤਾਂ ਹੀ ਤਾਂ ਉਹਨਾਂ ਨੇ ਆਪਾਂ ਨੂੰ ਫੋਨ ਕਰਿਆ। ਹਾਂ ਪੁੱਤ,
ਜੇ ਉਹ ਆਪਣੀ ਕੁੜੀ ਨੂੰ ਆਦਰ ਮਾਣ ਨਾਲ ਲੈਣ ਆਉਂਦੇ ਨੇ, ਹੋਰ ਆਪਾਂ ਨੂੰ ਕੀ ਚਾਹੀਦਾ? ਨਾਲੇ ਆਪਾਂ ਨੂੰ ਤਾਂ ਆਪਣੀ ਧੀ ਸੁਖੀ ਵਸਣੀ ਚਾਹੀਦੀ ਹੈ। ਹਾਂ ਮੰਮੀ, ਮੈਂ ਵੀ ਤਾਂ ਇਹੀ ਚਾਹੁੰਦਾ ਕਿ ਮੇਰੀ ਭੈਣ ਆਪਣੇ ਘਰ ਰਾਜੀ ਖੁਸ਼ੀ ਰਹੇ। ਬਾਕੀ ਮੰਮੀ, ਜੇ ਤੁਸੀਂ ਖੁਸ਼ ਹੋ ਤਾਂ ਮੈਂ ਵੀ ਰਾਜੀ ਹਾਂ। ਵੈਸੇ ਮਨਦੀਪ, ਪ੍ਰਾਹੁਣਾ ਕੀ ਕਹਿੰਦਾ ਸੀਗਾ, ਕਦੋਂ ਆਊਗਾ ਇਹਨੂੰ ਲੈਣ? ਜੀ ਵੀਰ ਜੀ ਤਾਂ ਕੱਲ੍ਹ ਨੂੰ ਆਉਣਗੇ। ਚੱਲ ਪੁੱਤ ਫਿਰ ਤੂੰ ਐਂ ਕਰ, ਆਪਣਾ ਲੀੜਾ ਕੱਪੜਾ ਨਾ ਇਕੱਠਾ ਕਰ ਲੈ, ਕੀ ਪਤਾ ਪ੍ਰਾਹੁਣਾ ਕਿਹੜੇ ਵੇਲੇ ਆ ਜੇ। ਚਲੋ ਠੀਕ ਹੈ ਮੰਮੀ, ਮੈਂ ਸਾਰੇ ਕੱਪੜੇ ਇਕੱਠੇ ਕਰਕੇ ਬੈਗ 'ਚ ਪਾ ਲੈਂਦੀ ਹਾਂ। ਤੇਰਾ ਸ਼ੁਕਰ ਹੈ ਮਾਲਕਾ, ਕਿੰਨੇ ਦਿਨਾਂ ਵਿੱਚ ਮੈਂ ਆਪਣੀ ਧੀ ਦੇ ਚਿਹਰੇ 'ਤੇ ਰੌਣਕ ਦੇਖੀ ਹੈਗੀ, ਬਸ ਸੁਣੇ ਦੀ ਖੁਸ਼ੀ ਨੂੰ ਕਿਸੇ ਦੀ ਵੀ ਨਜ਼ਰ ਨਾ ਲੱਗੇ। ਖੁਸ਼ੀਆਂ ਤਾਂ ਨਾ ਥੋੜ੍ਹੀ ਦੇਰ ਦੀਆਂ ਹੀ ਨੇ, ਨਜ਼ਰ ਤਾਂ ਲੱਗਣ ਵਾਲੀ ਆ, ਨਜ਼ਰ ਵੀ ਇਹੋ ਜਿਹੀ ਅਤੇ ਜਿਹਦਾ ਕੋਈ ਨਾ ਤੋੜ ਵੀ ਨਹੀਂ ਹੋਣਾ। ਮੈਂ ਨਾ ਦਿਲੋਂ ਚਾਹੁੰਦੀ ਸੀ ਵੀ ਇਹ ਨਾ ਇੱਥੋਂ ਚਲੀ ਜਾਵੇ, ਪਰ ਇੱਦਾਂ ਨਹੀਂ, ਜਿਵੇਂ ਇਹ ਜਾ ਰਹੀ ਆ, ਇਹਨੂੰ ਖੁਸ਼ ਦੇਖ ਕੇ ਨਾ ਮੈਨੂੰ ਜਮ੍ਹਾਂ ਖੁਸ਼ੀ ਨਹੀਂ ਹੋ ਰਹੀ। ਜਿੰਨਾ ਇਹਨੇ ਮੈਨੂੰ ਤੰਗ ਕੀਤਾ ਨਾ, ਉਨਾ ਇਹਦਾ ਤੰਗ ਹੋਣਾ ਵੀ ਬਣਦਾ, ਪਰ ਇਹਨੂੰ ਮੈਂ ਕਿਵੇਂ ਤੰਗ ਕਰ ਸਕਦੀ ਹਾਂ? ਹਾਂ, ਆਹ ਠੀਕ ਰਹੂਗਾ।